ਅਸਲਾਮ ਵਾਲੇਕੁਮ, ਉਮੀਦ ਕੀਤੀ ਜਾਂਦੀ ਤਮਾਮ ਦੋਸਤ ਠੀਕ ਠਾਕ ਖੈਰ ਵਾਫੀਅਤ ਦੇ ਨਾਲ ਹੋਣ ਦੇ। ਅੱਜ ਅਸੀਂ ਆਪਣਾ ਚੈਪਟਰ ਨੰਬਰ 24 ਦੇ ਕੁਇਜ਼ ਕਰਾਂਗੇ ਕੁਝ। ਰਿਦੂਸੀਓਨੀ ਦੇ ਕੰਸੂਮੀ ਇਹ ਦਲ ਇਨ ਕੁਇਨਾਮੈਂਟੋ, ਮਤਲਬ ਕਿ ਰਿਦੂਸੀਓਨੀ ਹੁੰਦਾ ਕੰਮ ਕਰਨਾ, ਦੀ ਕੰਸੂਮੀ ਜਿਹੜਾ ਖਰਚ ਹੁੰਦਾ, ਕੀ ਖਰਚ ਹੁੰਦਾ, ਤੇਲ ਵਗੈਰਾ ਜਿਹੜੇ ਹੁੰਦੇ ਨੇ ਖਰਚੇ, ਇਹ ਦਲ ਇਨ ਕੁਇਨਾਮੈਂਟੋ। ਔਰ ਇਨ ਕੁਇਨਾਮੈਂਟੋ ਕੀ ਚੀਜ਼ ਹੈ? ਜਿਹੜੀ ਮਾਹੌਲ ਦੀ ਆਲੂਦਗੀ ਗੱਡੀ ਦੇ ਚੱਲਣ ਦੀ ਵਜ੍ਹਾ ਤੋਂ ਪੈਦਾ ਹੁੰਦੀ ਹੈ, ਉਹ ਇਹਨੂੰ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ। ਅਸਾਂ ਪੜਿਆ ਸੀ ਕਿ ਇੱਕ ਗੱਡੀ ਨੂੰ ਚਲਾਉਂਦੇ ਹੋਇਆ, ਕਿਸ ਤਰ੍ਹਾਂ ਚਲਾਉਂਦੇ ਹੋਇਆ, ਬਹੁਤ ਹੀ ਆਲਾ ਤਰੀਕੇ, ਅਦੋਤਾਂਦੋ ਉਨ ਸਤੀਲੇ ਦੀ ਗਵੀਦਾ, ਯਾਨੀ ਕਿ ਇੱਕ ਅੱਛਾ ਗਵੀ, ਇੱਕ ਅੱਛੀ ਡਰਾਈਵ ਕਰਦੇ ਹੋਏ ਅਸੀਂ ਇਹਨਾਂ ਚੀਜ਼ਾਂ ਨੂੰ ਘੱਟ ਕਰ ਸਕਦੇ ਹਾਂ। ਉਹ ਬਹੁਤ ਜ਼ਿਆਦਾ ਚੀਜ਼ਾਂ ਪੜੀਆਂ ਸਨ, ਅਸੀਂ ਕੁਇਜ਼ ਵੇਖਦੇ ਹਾਂ, ਕੁਇਜ਼ਾਂ ਦੇ ਵਿੱਚ ਇਹਨਾਂ ਨੂੰ ਫਿਰ ਦੁਬਾਰਾ ਰਿਕਵਰ ਕਰਾਂਗੇ। ਲਈ ਅਪਰੇਖੀ ਇਹ ਡਿਸਪੋਜ਼ਿਟਿਵ, ਅਪਰੇਖੀ ਡਿਸਪੋਜ਼ਿਟਿਵ ਕਈਆਂ ਚੀਜ਼ਾਂ ਨੇ, ਰੇਡੀਓ ਹੋ ਗਈ, ਬਿਜਲੀ ਵਾਲੀਆਂ ਚੀਜ਼ਾਂ ਵਿੱਚ ਲੱਗੀਆਂ ਨੇ, ਜਿਹੜੀਆਂ ਕਿ ਫੰਕਸ਼ਨ ਨੂੰ ਜੋ ਕੰਮ ਕਰਦੀਆਂ ਨੇ, ਅਕੋਰੈਂਟ ਉੱਤੇ ਰਾਡੀਓ, ਲੁਚੀ, ਲੋਨੋਤੋ, ਥਰਮੀਕੋ ਵਗੈਰਾ ਵਗੈਰਾ, ਸਾਨੂੰ ਉਹ ਮਿੰਤਾਰੇ ਬਣਾਉਂਦੀਆਂ ਨੇ। ਇਹ ਕੰਸਿਊਮ ਦੀ ਕਾਰਬੋਰਾਨ ਅਤੇ ਦਲ ਵਹੀਕਲੋ ਜਿਹੜਾ ਖਰਚ ਹੁੰਦਾ ਤੇਲ ਦਾ, ਕੰਸਿਊਮ ਦੀ ਕਾਰਬੋਰਾਨ ਅਤੇ ਕੰਸਿਊਮ ਖਰਚ ਦੀ ਕਾਰਬੋਰਾਨ ਅਤੇ ਤੇਲ ਦਲ ਵਹੀਕਲੋ ਗੱਡੀ ਦਾ, ਯਾਨੀ ਕਿ ਖਰਚ ਤੇਲ ਦਾ ਹੋਣਾ ਵਧਾਉਂਦੀਆਂ ਨੇ। ਕਿਹੜੀਆਂ ਚੀਜ਼ਾਂ? ਕੋਰੈਂਟ ਇਲੈਕਟ੍ਰੀਕਲ ਜਿਹੜੀਆਂ ਚੱਲਦੀਆਂ ਨੇ, ਰਾਜੀ, ਲੁਚੀ ਵਗੈਰਾ, ਲੋਨੋਤੋ, ਥਰਮੀਕੋ। ਲੋਨੋਤੋ ਥਰਮੀਕੋ ਕਿਹੜੀ ਚੀਜ਼ ਹੈ? ਜਿਹੜੀ ਗੱਡੀ ਦੀ ਸਕਰੀਨ ਹੁੰਦੀ ਹੈ, ਠੀਕ ਹੈ। ਅੱਛਾ, ਇਹ ਚੀਜ਼ਾਂ ਜਦੋਂ ਅਸੀਂ ਚਲਾਈਏ ਤਾਂ ਕੀ ਹੁੰਦਾ? ਗੱਡੀ ਦਾ ਤੇਲ ਵੱਧਦਾ, ਬਿਲਕੁਲ ਵੇਰੋ, ਕਿਉਂਕਿ ਇਹਨਾਂ ਚੱਲਣਾ ਹੁੰਦਾ। ਅੱਛਾ, ਇੱਕ ਹੋਰ ਗੱਲ ਵੀ ਆ, ਕੁਇਜ਼ ਵਿੱਚ ਇਹ ਚੀਜ਼ ਵਾਕਈ, ਲੇਕਿਨ ਅਸਾਂ ਜਿਹੜੇ ਰਿਐਲਿਟੀ ਵਿੱਚ ਟੀਚਰਾਂ ਕੋਲ ਪੜ੍ਹੀ ਉਹ ਹੀ ਹੈ ਕਿ ਜਿਹੜੀ ਕੋਰੈਂਟ ਇਹ ਫ੍ਰੀ ਹੁੰਦਾ ਗੱਡੀ ਦਾ, ਗ੍ਰਾਤਿਸ, ਜਿਹੜਾ ਕੋਰੈਂਟ ਬਿਜਲੀ ਪੈਦਾ ਹੁੰਦੀ ਉਹ ਗ੍ਰਾਤਿਸ ਹੁੰਦੀ। ਉਹ ਕੀ ਵਜ੍ਹਾ ਹੈ? ਇਹਦੇ ਵਿੱਚ ਇੱਕ ਜਨਰੇਟਰ ਲੱਗੇ ਆਉਂਦਾ ਜਿਹੜਾ ਆਟੋਮੈਟਿਕ, ਜੋ ਇੰਜਣ ਆਨ ਹੋਣਾ ਨਾ ਤੇ ਉਹਨੇ ਚੱਲ ਜਾਣਾ, ਉਹਨੇ ਉਹਨਾਂ ਚਿਰ ਚੱਲਦਿਆਂ ਰਹਿਣਾ ਜਿੰਨੇ ਚਿਰ ਇੰਜਣ ਆਨ ਰਹਿਣਾ। ਉਹਦਾ ਤਲਕ ਇਹ ਨਹੀਂ ਹੈ ਕਿ ਹੁਣ ਬਿਜਲੀ ਅਸੀਂ ਇਸਤੇਮਾਲ ਨਹੀਂ ਪਏ ਕਰਦੇ ਤਾਂ ਉਹਨੇ ਨਹੀਂ ਚੱਲਣਾ, ਉਹਨੇ ਫਿਰ ਵੀ ਚੱਲਣਾ ਹੀ ਰਹਿਣਾ। ਉਹਨੇ ਕਾਰਿਕਾ ਬੈਟਰੀ ਕਾਰਿਕਾ ਕਰਦਿਆਂ ਰਹਿਣਾ, ਜਿਸਾਂ ਫੁੱਲ ਹੋਣੀ ਹੈ ਆਟੋਮੈਟਿਕ ਬੈਟਰੀ ਕਾਰਿਕਾ ਹੋਣੀ ਬੰਦ ਹੋ ਜਾਂਦੀ, ਲੇਕਿਨ ਜਨਰੇਟਰ ਫਿਰ ਵੀ ਚੱਲਦਾ ਰਹਿੰਦਾ। ਉਹਦੀ ਕੀ ਵਜ੍ਹਾ? ਕਿ ਆਟੋਮੈਟਿਕ ਉਹ ਕਨੈਕਟ ਹੋਇਆ ਹੁੰਦਾ ਜਿਹੜਾ ਥੱਲੇ ਲੱਗਿਆ ਹੁੰਦਾ ਇੰਜਣ ਦੀ ਕਰਿੰਕ ਉਹਦੇ ਨਾਲ, ਵੱਲਾ ਆਲਮ। ਲੇਕਿਨ ਅਸੀਂ ਕੁਇਜ਼ ਨੂੰ ਇਸੇ ਤਰ੍ਹਾਂ ਹੀ ਰੱਖਾਂਗੇ ਕਿ ਵੇਰ ਹੋਵੇ, ਅਗਰ ਅਸੀਂ ਇਹ ਚੀਜ਼ਾਂ ਇਸਤੇਮਾਲ ਕਰਦੇ ਹਾਂ ਤਾਂ ਕੀ ਹੋਵੇਗਾ? ਸਾਨੂੰ ਉਹ ਮਿੰਤਾ ਰਹੀ ਕੰਸਿਊਮਰ ਦੀ ਕਾਰਬੋਰਾਨ ਅਤੇ ਦਲਵਈ ਕੋਲੋਂ ਮੰਤਨੇ ਦੋ ਇਲ ਪਿਊ ਪੋਸੀਬਿਲੇ ਰੱਖਦੇ ਹੋਇਆ ਜਿੰਨਾ ਮੁਮਕਿਨ ਹੋਵੇ, ਕੁਸਤਾਨ ਤੇ ਲਾ ਵੇਲੋ ਚੀਜ਼ਾਂ, ਕੁਸਤਾਨ ਤੇ ਲਾ ਵੇਲੋ ਚੀਜ਼ਾਂ ਕੀ ਚੀਜ਼ ਹੈ? ਯਾਨੀ ਕਿ ਸਪੀਡ ਜਿਹੜੀ ਹੈ ਉਹਨੂੰ ਮੁਸਲਸਲ ਰੱਖਣਾ, ਨਾ ਵੱਧ ਕਰਨੀ ਨਾ ਘੱਟ ਕਰਨੀ, ਇੱਕ ਰਫਤਾਰ ਦੇ ਵਿੱਚ ਰੱਖਣੀ, ਠੀਕ ਹੈ, ਅਤੇ ਚਲਾਈ ਜਾਣੀ, ਨਾ ਰੋਕਣਾ, ਨਾ ਤਰਤੀਬ ਇਸ ਤਰ੍ਹਾਂ ਗੱਡੀ ਆਪਣੀ ਤਸਲਸਲ ਦੇ ਨਾਲ ਚੱਲਦੀ ਜਾਏ। ਅਸੀਂ ਰਿਦੂਚ ਕੰਮ ਕਰਦਾ ਇਲ ਕੰਸਿਊਮਰ ਦੀ ਕਾਰਬੋਰਾਨ ਤੇ, ਬਿਲਕੁ�ਲ ਵੇਰੋ, ਅਗਰ ਅਸੀਂ ਗੱਡੀ ਨੂੰ ਤਸਲਸਲ ਦੇ ਨਾਲ ਚਲਾਈ ਜਾਂਦੇ, ਬ੍ਰੇਕਾਂ ਨਹੀਂ ਲਾਵਾਂਗੇ, ਰੇਸਾਂ ਨਹੀਂ ਦੇਵਾਂਗੇ, ਇੱਕ ਮੁਨਾਸਬਤ ਨਾਲ ਚੱਲੇਗੀ ਤੇ ਘੱਟ ਖਰਚ ਹੋਵੇਗਾ ਤੇਲ ਸਾਡਾ, ਬਿਲਕੁਲ ਵੇਰੋ। ਇਹ ਬਚਤ ਕਰਨ ਵਾਲਿਆਂ ਵਾਸਤੇ ਵੀ ਬੜੀ ਬਿਹਤਰੀਨ ਚੀਜ਼ ਹੈ, ਅਗਰ ਅਸੀਂ ਬਚਤ ਕਰਨੇ ਆ ਤੇ, ਠੀਕ ਹੈ, ਉਹਨਾਂ ਵਾਸਤੇ ਬੜੀ ਆਲਾ ਚੀਜ਼ ਹੈ। ਇਲ ਕੰਸਿਊਮਰ ਦੀ ਕਾਰਬੋਰਾਨ ਤੇ ਔਮੈਂਟਾ ਕੋ ਔਮੈਂਟਾਰ ਨੇ ਦਲ ਪੇਜ਼ੋ ਦਲ ਵਹੀਕਲੋ, ਬਿਲਕੁਲ ਵੇਰੋ, ਅਗਰ ਅਸੀਂ ਗੱਡੀ ਦਾ ਜਿਹੜਾ ਵਜ਼ਨ ਹੈ ਉਸਨੂੰ ਜ਼ਿਆਦਾ ਕਰਨੇ ਆ ਨਾ, ਤਾਂ ਫਿਰ ਕੀ ਹੋਵੇਗਾ? ਫਿਰ ਵੀ ਉਸਦਾ ਚੋਖਾ ਹੋ ਜਾਏਗਾ ਤੇਲ ਖਰਚ ਹੋਣਾ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਵੇ ਕਿ ਗੱਡੀ ਅਗਰ ਹਲਕੀ ਹੋਵੇ ਤਾਂ ਉਹਦਾ ਥੋੜ੍ਹਾ ਜ਼ੋਰ ਲੱਗੇਗਾ, ਜਿਉਂ ਉਸਦੇ ਵਿੱਚ ਅਸੀਂ ਲੋਡ ਪਾਉਂਦੇ ਤਾਂ ਫਿਰ ਕੀ ਹੋਵੇਗਾ? ਉਸਦਾ ਜ਼ੋਰ ਜ਼ਿਆਦਾ ਲੱਗੇਗਾ, ਜਿਉਂ ਉਸਦਾ ਜ਼ੋਰ ਜ਼ਿਆਦਾ ਲੱਗਣਾ ਹੈ ਤੇ ਆਟੋਮੈਟਿਕਲੀ ਉਸਦਾ ਜਿਹੜਾ ਵੇ ਤੇਲ ਖਰਚ ਹੋਣਾ ਸ਼ੁਰੂ ਹੋ ਜਾਣਾ। ਕਿਸੇ ਵੀ ਚੀਜ਼ ਦਾ ਜਦੋਂ ਤੁਸੀਂ ਜ਼ੋਰ ਲਾਓਦੇ ਉਹ ਜ਼ਿਆਦਾ ਐਨਰਜੀ ਖਤਮ ਹੋਵੇਗੀ। ਇਸੇ ਤਰ੍ਹਾਂ ਅਗਰ ਗੱਡੀ ਦਾ ਵੀ ਭਾਰ ਜ਼ਿਆਦਾ ਹੋ ਜਾਏ ਤਾਂ ਫਿਰ ਕੀ ਹੋਵੇਗਾ? ਤੇਲ ਜ਼ਿਆਦਾ ਖਰਚ ਕਰੇਗਾ। ਔਮੈਂਟਾਰ ਵੱਧਦਾ ਖਰਚ ਹੋਣਾ, ਇੱਥੋਂ ਤੱਕ ਔਮੈਂਟਾ ਵੱਧਦਾ ਖਰਚ ਹੋਣਾ ਤੇਲ, ਕੋਨ ਔਮੈਂਟਾਰ ਦਲ ਪੇਜ ਦਲਵੇ ਗੱਡੀ ਦਾ ਸੀ ਤੇਲ ਵਜ਼ਨ ਜਿਹੜਾ ਜ਼ਿਆਦਾ ਕਰਨਾ, ਬਿਲਕੁਲ ਵੇਰੋ। ਡਿਮੀਨੂਏਨ ਤੋਂ ਘੱਟ ਕਰਦੇ ਹੋਣਾ, ਓਪਰਤੂਨਾਮੈਨ ਤੇ ਲਾ ਵੇਲੋ ਚੀਤਾ, ਘੱਟ ਕਰਦੇ ਹੋਇਆ ਮੁਨਾਸਬ ਤਰੀਕੇ ਦੇ ਨਾਲ ਲਾ ਵੇਲੋ ਚੀਤਾ ਜਿਹੜੀ ਸਪੀਡ ਹੈ, ਫਿਰ ਕੀ ਹੋਵੇਗਾ? ਡਿਮੀਨੂਸ਼ ਇਲ ਕੰਸਿਊਮਰ ਦੀ ਕਾਰਬੋਰਾਨ ਤੇ, ਇਲ ਕੰਸਿਊਮਰ ਦੀ ਕਾਰਬੋਰਾਨ ਤੇ, ਬਿਲਕੁਲ ਵੇਰੋ, ਘਟੇਗਾ ਫਿਰ ਖਰਚ ਹੋਣਾ ਤੇਲ, ਬਿਲਕੁਲ ਵੇਰੋ। ਅਗਰ ਅਸੀਂ
ਸਪੀਡ ਵੀ ਮੱਠੀ ਕਰੀਏ ਨਾ ਓਪਰਤੂਨਾ ਤਰੀਕੇ ਨਾਲ, ਮੁਨਾਸਬ ਤਰੀਕੇ ਨਾਲ, ਤੇ ਫਿਰ ਕੀ ਹੋਵੇਗਾ, ਫਿਰ ਘਟਿਆ ਸਾਡਾ ਤੇਲ ਵੀ ਖਰਚ ਹੋਣਾ। ਸਿੰਪਲ ਤਰੀਕਾ, ਅਗਰ ਸਪੀਡ ਵਧਾਉਣ ਦੇ ਤੇਲ ਜ਼ਿਆਦਾ ਖਰਚ ਹੋਵੇਗਾ, ਸਪੀਡ ਘਟਾਉਣ ਦੇ ਤੇਲ ਥੋੜ੍ਹਾ ਖਰਚ ਹੋਵੇਗਾ। ਅਗਰ ਅਸੀਂ ਵੇਲੋ ਵੇਲੇ ਚੀਜ਼ਾਂ ਕੁਸਤਾਨ ਤੇ ਰੱਖਾਂਗੇ, ਯਾਨੀ ਕਿ ਤਸਲਸਲ ਵਿੱਚ ਚੱਲਦਾ ਜਾਏ ਤੇ ਗੱਡੀ ਘੱਟ ਹੋਵੇਗਾ, ਵਜ਼ਨ ਅਗਰ ਅਸੀਂ ਗੱਡੀ ਦਾ ਘੱਟ ਰੱਖਾਂਗੇ, ਤੇਲ ਖਰਚ ਘੱਟ ਹੋਵੇਗਾ ਚੀਜ਼, ਇਹ ਬਸ ਇਹ ਚੀਜ਼ਾਂ ਨੇ। ਫਿਰ ਕੰਸਿਊਮਰ ਮੈਨੂੰ ਕਰਬੂ ਰਹਿਣ ਤੇ ਘੱਟ ਤੇਲ ਖਰਚ ਕਰਨ ਵਾਸਤੇ ਉਹ ਪਰਤੂਨ ਮੁਨਾਸਬ ਤੈਨੇਰੇ ਫਨਿਸਤਰੀ ਕਿਊ ਜੀ, ਸਾਨੂੰ ਚਾਹੀਦਾ ਕਿ ਅਸੀਂ ਖਿੜਕੀਆਂ ਬੰਦ ਰੱਖੀਏ ਸਪੇਚ, ਖਾਸ ਕਰ ਕੁਆਂਦੋ ਸੀ ਵਿਆਜ ਹੈ ਦਾਲ ਤੋਂ ਵੇਲੋ ਚੀਤਾ, ਜੇ ਤੁਸੀਂ ਹਾਈ ਸਪੀਡ ਤੇ ਚੱਲੋ ਖਾਸ ਕਰ ਉਦੋਂ ਬਿਲਕੁਲ ਵੇਰੋ। ਅਗਰ ਇਸ ਦੀ ਬਨਿਸਬਤ ਅਸੀਂ ਖਿੜਕੀਆਂ ਖੁੱਲੀਆਂ ਛੱਡ ਕੇ ਸਫ਼ਰ ਕਰਨੇ ਆ ਨਾ ਤੇਜ਼ ਸਪੀਡ ਤੇ, ਤੇ ਜਿਹੜੀ ਹਵਾ ਆਵੇ ਨਾ ਉਹਦਾ ਪ੍ਰੈਸ਼ਰ ਬਣੇਗਾ ਤੇ ਗੱਡੀ ਨੂੰ ਰੋਕ ਕੇ ਦੀਏਗਾ, ਜਾਣ ਨਹੀਂ ਦੇ ਲੱਗੀ ਹੈ। ਕਿਸ ਤਰ੍ਹਾਂ ਕਿ ਹਵਾ ਖਿੜਕੀਆਂ ਦਾ ਦਰਵਾਜ਼ਾ ਗੱਡੀ ਦੇ ਵਿੱਚ ਦਾਖਲ ਹੋਵੇ ਜੀ, ਫਿਰ ਵਿੱਚ ਦਾਖਲ ਹੋਵੇ ਤੇ ਉਹ ਇੱਕ ਗੱਡੀ ਨੂੰ ਖੁੱਲ੍ਹ ਕੇ ਚੱਲਣ ਦੀ ਇਜਾਜ਼ਤ ਨਹੀਂ ਦਿੰਦੀ, ਬ੍ਰੇਕ ਲਵਾਏ ਦੀ ਗੱਡੀ ਨੂੰ, ਗੱਡੀ ਨੂੰ ਰੋਕੇ ਦੀ ਹਵਾ ਜਿਹੜੀ ਉਹਦਾ ਪ੍ਰੈਸ਼ਰ ਬਣੇਗਾ ਨਾ, ਤੇ ਫਿਰ ਗੱਡੀ ਜ਼ੋਰ ਲਾਏ ਦੀ, ਜੇ ਜ਼ੋਰ ਲੱਗੇਗਾ ਫਿਰ ਤੇਲ ਵਧੇਗਾ। ਇਸੇ ਗੱਲ ਕਰਕੇ ਖਿੜਕੀਆਂ ਬੰਦ ਕਰ ਲਵੋ, ਗੱਡੀ ਬਿਲਕੁਲ ਆਪਣੀ ਮੁਨਾਸਬ ਸਪੀਡ ਨਾਲ ਚੱਲੇ। ਫਿਰ ਕੰਸਿਊਮਰ ਹੈ ਖਰਚ ਕਰਨ ਵਾਸਤੇ ਮੈਨੂੰ ਕਾਰਬੂਰਨ ਤੇ ਘੱਟ ਤੇਲ ਕੁਨ ਵੀ ਨੇ ਛੇਲੀਏ ਰੇ, ਸਾਨੂੰ ਚਾਹੀਦਾ ਹੈ ਕਿ ਅਸੀਂ ਸਿਲੈਕਟ ਕਰੀਏ ਫਿਰ ਕੌਣ ਤੋਂ ਪਿਓਸੀ ਬਿਲੇ ਜਿਤਨਾ ਮੁਮਕਿਨ ਹੋ ਸਕੇ ਸਤਰਾਦੇ ਪਿਆਨੇ ਜਾਤੀ ਇਹ ਪਿਊਸ ਕੁਰੇ ਵਾਲੀ, ਸੜਕਾਂ ਜਿਹੜੀਆਂ ਪੱਧਰੀਆਂ ਅਤੇ ਸਿੱਧੀਆਂ ਅਸੀਂ ਉਹਨਾਂ ਨੂੰ ਸਿਲੈਕਟ ਕਰਾਂਗੇ ਬਿਲਕੁਲ। ਅਗਰ ਸੜਕਾਂ ਉੱਚੀਆਂ ਨੀਵੀਆਂ ਹੋਣ, ਢਲਾਂ ਹੋਣ, ਟੱਬੇ ਟੱਬੇ ਹੋਣ, ਤੇਲ ਜ਼ਿਆਦਾ ਹੀ ਖਰਚ ਹੋਣਾ। ਅਗਰ ਸਿੱਧੀ ਪੱਧਰੀ ਪਲੇਨ ਸੜਕ ਹੋਵੇ ਤਾਂ ਗੱਡੀ ਸਿੱਧੀ ਚੱਲਦੀ ਜਾਏਗੀ ਬਿਲਕੁਲ ਵੇਰੋ। ਇਨਸੁਫੀਚੈਂਟ ਤੇ ਪ੍ਰੈਸੀਓ ਦੀ ਗੁਣਫਿਆ ਜੋ, ਇਨਸੁਫੀਚੈਂਟ ਤੇ ਨਾ ਕਾਫ਼ੀ ਪ੍ਰੈਸੀਓ ਦੀ ਗੁਣਫਿਆ ਜੋ, ਹਵਾ ਦਾ ਪ੍ਰੈਸ਼ਰ ਨਾ ਕਾਫ਼ੀ ਹੋਵੇਗਾ ਦਿੱਲੀ ਪੀਨੂਆਂ ਅਤੇ ਚੀ ਟਾਇਰਾਂ ਦੇ ਵਿੱਚ, ਕੰਪੋਰਤਾ ਕਰੇਦਾ ਕੀ ਕਰੇਦਾ ਮਜ਼ੋਰ ਕੰਸਿਊਮਰ ਦੀ ਕਾਰਬੋਰਾਂ ਤੇ, ਮਜ਼ੋਰ ਮਜ਼ੀਦ ਜ਼ਿਆਦਾ ਕੰਸਿਊਮਰ ਦੀ ਕਾਰਬੋਰਾਂ ਤੇ ਤੇਲ, ਯਾਨੀ ਕਿ ਜ਼ਿਆਦਾ ਤੇਲ ਖਰਚ ਹੋਵੇਗਾ ਬਿਲਕੁਲ ਵੇਰੋ। ਗਹਿਰੀ ਗੱਲ, ਅਗਰ ਪ੍ਰੈਸ਼ਰ ਟਾਇਰਾਂ ਦਾ ਵੀ ਘੱਟ ਹੋਵੇ ਹਵਾ ਦਾ ਟਾਇਰਾਂ ਵਿੱਚ, ਫਿਰ ਵੀ ਗੱਡੀ ਦਾ ਉਸ ਹਿਸਾਬ ਨਾਲ ਗੱਡੀ ਨਹੀਂ ਚੱਲ ਸਕਦੀ, ਫਿਰ ਵੀ ਗੱਡੀ ਦਾ ਜ਼ੋਰ ਲੱਗੇਗਾ। ਇਸੇ ਤਰ੍ਹਾਂ ਇੱਥੇ ਆਉਂਦੇ ਨੇ ਕੋਲੇ ਕਾਰ ਬਗਾਲੀ ਸੁਲਤੇ ਤੋਂ, ਤੇ ਤੋਂ ਛੱਤ ਕੋਲੇ ਕਾਰ ਰੱਖਣਾ ਈ ਬਗਾਲੀ ਬੈਗ ਡੈਲ ਵਹੀਕਲੋ ਗੱਡੀ ਦੇ, ਕੰਪੋਰਤਾ ਕਰੇਦਾ ਕੀ ਕਰੇਦਾ ਉਹਨਾਂ ਮਜ਼ੋਰ ਕੰਸਿਊਮਰ ਦੀ ਕਾਰਬੋਰਾਂ ਤੇ, ਜ਼ਿਆਦਾ ਤੇਲ ਖਰਚ ਹੋਵੇਗਾ ਉਹਦੀ ਕੀ ਵਜ੍ਹਾ, ਉਹਦੀ ਉੱਤੇ ਛੱਤ ਦੇ ਉੱਤੇ ਧਰਾਂ ਦੇ ਬੈਗ, ਉਹ ਵੀ ਹਵਾ ਨੂੰ ਰੋਕਣ ਦੇ, ਉਹ ਵੀ ਗੱਡੀ ਨੂੰ ਸਹੀ ਜਾਣ ਨਹੀਂ ਦੇ ਲੱਗੇ ਕਰਕੇ। ਇਸ ਗੱਲੇ ਕਰਕੇ ਵੀ ਗੁਨਸੀ ਲਿਓ, ਵੀ ਕੁਨਸੀ ਲਿਓ ਮਹਿਤੇ ਤੇ ਬਗਾਲੀ ਤੂਤੀ ਇਨ ਲਾ ਪੋਰਤਾ ਪਾ ਕੇ, ਸਾਰੇ ਬੈਗ ਤੁਸੀਂ ਧਰੇ ਹੋ ਕਿਹਦੇ ਵਿੱਚ, ਪਿਛਲੀ ਗੱਡੀ ਦੀ ਡਿੱਕੀ ਦੇ ਵਿੱਚ, ਟੈਨਰੇ ਅਪੇਰ ਤੋਂ ਖੁੱਲ੍ਹੇ ਰੱਖੋ। ਤੇ ਤੂੰ ਚੋ ਸਕੋਰੇ ਬੋਲੇ ਦਲ ਵਹੀਕਲੋ, ਸਕੋਰੇ ਬੋਲੋ ਦਲ ਵਹੀਕਲੋ ਕਿਹੜੀ ਜੀ, ਤੇ ਤੂੰ ਚੋਵੇ ਇਹ ਤੇ ਤੂੰ ਚੋਵੇ ਜਿਹੜੀ ਤੁਸੀਂ ਇਸਤੇਮਾਲ ਕਰਦੇ ਹੋ ਉਹਦੇ ਵਿੱਚ, ਕੀ ਆਖਦੇ ਨੇ ਉਹਨੂੰ ਯਾਰ, ਗੱਡੀ ਦੇ ਛੱਤ ਉੱਤੇ ਨੀ ਇੱਕ ਖਿੜਕੀ ਜੀ ਲੱਗੀ ਹੁੰਦੀ ਜਿਹਦੇ ਵਿੱਚ ਬੰਦੇ ਤੁਹਾਨੂੰ ਬਾਹਰ ਨਿਕਲ ਜਾਂਦੇ ਨੇ, ਉਹ ਉੱਤੇ ਤੂੰ ਚੋਵੇ ਠੀਕ ਹੈ, ਯਾਨੀ ਕਿ ਉਹ ਉੱਤੇ ਬਟਨ ਜਿਹਾ ਹੁੰਦਾ ਆਟੋਮੈਟਿਕ, ਉਹਦੇ ਕੱਢ ਵੀ ਲੈਂਦੇ ਨੇ ਬਾਹਰ, ਤੇ ਉਹਦੇ ਜਿਹੜਾ ਉਹਨੂੰ ਕੀ ਆਖਦੇ ਨੇ ਯਾਰ, ਬੰਦ ਵੀ ਕਰ ਲੈਂਦੇ ਨੇ ਉੱਤੋਂ, ਤੇ ਅਗਰ ਉਹ ਖੁੱਲੀ ਹੋਵੇ ਦੀ ਤੇ ਉਹਦੇ ਰੱਖੀ ਹੋਵੇ ਦੀ ਹਵਾ ਅੰਦਰ ਦਾਖਲ ਹੋਵੇ ਦੀ ਗੱਡੀ ਸਹੀ ਚੱਲ ਨਹੀਂ ਸਕਣ ਲੱਗੀ, ਅਗਰ ਉਸਨੂੰ ਬਾਹਰ ਵੀ ਖਿੜਕੀ ਹੈ ਨਾ ਉਹਨੂੰ ਅਸੀਂ ਬੰਦ ਕਰ ਲਾਂ, ਤੇ ਫਿਰ ਜ਼ਿਆਦਾ ਗੱਡੀ ਜਿਹੜੀ ਮੁਨਾਸਬਤ ਨਾਲ ਚੱਲੇਗੀ। ਇੱਥੇ ਕੀ ਆਉਂਦੇ ਨੇ, ਤਿੰਨਰੇ ਪੇਰ ਤੋਂ ਰੱਖਣਾ ਖੁੱਲ੍ਹਾ ਇਲਤ ਤੀਚੋ ਸਕੋਰੇ ਵਾਲੇ ਦਲ ਵਹੀਕਲੋ, ਗੱਡੀ ਦਾ ਛੱਤ ਤੇ ਕੀ ਹੋਵੇ, ਕੰਪੋਰਤਾ ਉਹਨੂੰ ਮਨਿਓਰ ਕੰਸਿਊਮ ਹੋ, ਕੰਪੋਰਤਾ ਉਹਨੂੰ ਮਿਨੋਰ ਕੰਸਿਊਮ ਹੋ, ਯਾਨੀ ਕਿ ਤੁਹਾਡਾ ਘੱਟ ਤੇਲ ਖਰਚ ਹੋਵੇਗਾ। ਨੋ ਫਾਲਸੋ, ਸਾਡਾ ਜ਼ਿਆਦਾ ਤੇਲ ਖਰਚ ਹੋਵੇਗਾ ਅਗਰ ਅਸੀਂ ਉਹਨੂੰ ਖੁੱਲ੍ਹਾ ਰੱਖਾਂਗੇ। ਉਹਦੀ ਵਜ੍ਹਾ ਕੀ ਹੈ, ਉਹਦੀ ਵਜ੍ਹਾ ਇਹ ਵੇ ਕਿ ਵਿੱਚ ਹਵਾ ਦਾਖਲ ਹੋਵੇ ਦੀ ਗੱਡੀ ਦੇ, ਇਸ ਗੱਲ ਕਰਕੇ ਇਹ ਵੀ ਫਾਲਸੋ। ਅੱਛਾ ਅੱਛਾ, ਜਿਤਨੀਆਂ ਵੀ ਇੰਝ ਦੀਆਂ ਚੀਜ਼ਾਂ ਹੁੰਦੀਆਂ ਨੇ ਨਾ, ਤੁਹਾਡਾ ਕੰਮ ਉਹਨਾਂ ਨੂੰ ਕਰੀ ਜਾਣਾ ਫਾਲਸੋ। ਜਿਤਨੀ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੁਣ ਮਿਨੋਰ ਕੰਸਿਊਮਰ ਦੱਸਣ ਵਿੱਚ, ਜ਼ਿਆਦਾਤਰ ਮਨਿਓਰ ਦੀਆਂ ਖੁੱਲੀਆਂ ਚੀਜ਼ਾਂ ਰੱਖੀ ਤੇ ਫਾਲਸੋ ਨੇ ਕੋਈ ਸਾਰੇ ਉਸਦੇ ਦਰ ਕਲੀਮਾਤੀਜ਼ਾ ਤੌਰ ਕੰਪੋਰਤਾ ਮਿਨੋਰ ਕੰਸਿਊਮਰ ਦੀ ਕਾਰਬੋਰਾਂ ਤੇ। ਨੋ ਫਾਲਸੋ, ਜ਼ਿਆਦਾ ਅਗਰ ਏ ਸੀ ਇਸਤੇਮਾਲ ਕਰੀਏ ਤੇ ਜ਼ਿਆਦਾ ਤੇਲ ਖਰਚ ਹੁੰਦਾ, ਨਾ ਕਿ ਮਿਨੋਰ। ਇਹਦੇ ਵਿੱਚ ਆਉਂਦਾ ਮਿਨੋਰ ਈ ਵਹੀਕਲ ਈਬਰੀ ਦੀ, ਜਿਹੜੀਆਂ ਗੱਡੀਆਂ ਨੇ ਹਾਈਬ੍ਰਿਡ
ਕੰਦੂਏ ਮੋਟੋਰੀ ਸਕੋਪੀਓ ਇਲੈਕਟ੍ਰਿਕੋ ਸਕੋਪੀਓ ਤੇ ਇਲੈਕਟ੍ਰਿਕ ਕੰਦੂਏ ਮੋਟੋਰੀ ਆ ਸਕੋਪੀਓ ਐਡ ਇਲੈਕਟ੍ਰਿਕੋ ਯਾਨੀ ਕਿ ਦੋ ਇੰਜਣ ਗੱਡੀ ਦੇ ਵਿੱਚ ਆਉਂਦੇ ਨੇ ਇੱਕ ਸਕੋਪੀਓ ਇੱਕ ਪੈਟਰੋਲ ਵਾਲਾ ਇੱਕ ਇਲੈਕਟ੍ਰਿਕੋ ਇੱਕ ਬਿਜਲੀ ਵਾਲਾ ਕੋਈ ਇਹਨਾਂ ਨੂੰ ਡੀਪਿਊ ਕਰਕੇ ਅਸੀਂ ਉਨਾਤੀ ਦਦੂਏ ਮੋਟੋਰੀ ਖਰਚ ਜ਼ਿਆਦਾ ਕਰ ਖਰਚ ਜ਼ਿਆਦਾ ਇਹਨ ਕੋਈ ਨਾਮ ਤੋਂ ਯਾਨੀ ਕਿ ਆਲੂਦਗੀ ਮਾਹੌਲ ਦੀ ਜਿਹੜੀ ਲੁਦਗੀ ਹੈ ਡੀ ਪਿਊ ਜ਼ਿਆਦਾ ਖਰਚ ਹੁੰਦੀ ਹੈ ਫਿਰ ਕੇ ਕਿਉਂਕਿ ਅਸੀਂ ਉਨਾਤੀ ਦਾ ਦੂਏ ਮੋਟੋਰੀ ਕਿਉਂਕਿ ਦੋ ਵਜ੍ਹਾ ਤੋਂ ਦੋ ਮੋਟਰਾਂ ਨਾਲ ਚੱਲ ਰਹੀ ਹੁੰਦੀ ਹੈ ਨੋ ਫਾਲਸੋ ਗੱਡੀ ਇਲੈਕਟ੍ਰਿਕ ਹੁੰਦੀ ਹੈ ਉਹਦੇ 'ਚ ਵਾਕਈ ਦੋ ਇੰਜਣ ਹੁੰਦੇ ਨੇ ਲੇਕਿਨ ਉਹ ਇੱਕ ਵਕਤ ਵਿੱਚ ਸਿਰਫ ਇੱਕ ਹੀ ਚੱਲ ਰਿਹਾ ਹੁੰਦਾ ਨਾ ਕਿ ਦੋਵੇਂ ਫਾਲਸੋ ਫਿਰ ਕੰਜ਼ਿਊਮਰ ਹੈ ਮੈਨੂੰ ਕਾਰਬੋਰਾਨ ਤੇ ਘੱਟ ਤੇਲ ਖਰਚ ਕਰਨ ਵਾਸਤੇ ਉੱਪਰ ਤੋਂ ਉਹ ਮੁਨਾਸਬ ਦੇ ਕੋਲੋਂ ਕਾਰ ਹੈ ਘੱਟ ਤੇਲ ਖਰਚ ਕਰਨ ਵਾਸਤੇ ਉੱਪਰ ਤੂੰ ਮੁਨਾਸਬ ਰੱਖੋ ਹੀ ਬਗਾਲੀ ਸੁਲਤੇ ਤੋਂ ਦਲਵਈ ਕਰੋ ਬੈਗ ਜਿਹੜੇ ਨੇ ਸੁਲਤੇ ਤੋਂ ਛੱਤ ਉੱਤੇ ਫਾਲਸੋ ਛੱਤ ਉੱਤੇ ਨਹੀਂ ਰੱਖਣੇ ਸੀ ਬੈਗ ਅਸੀਂ ਬੈਗ ਹਮੇਸ਼ਾ ਗੱਡੀ ਦੀ ਪੁਰਤਾ ਪਾਕੀ ਵਿੱਚ ਰੱਖਾਂਗੇ ਹਾਂ ਅਗਰ ਜ਼ਿਆਦਾ ਵੱਡੇ ਤਾਂ ਚਲੋ ਜ਼ਰੂਰਤ ਦੇ ਮੁਤਾਬਕ ਤੁਸੀਂ ਛੱਤ ਵੀ ਰੱਖ ਸਕਦੇ ਹੋ ਫਿਰ ਕੰਜ਼ਿਊਮਰ ਹੈ ਮੈਨੂੰ ਕਾਰਬੋਰਾਨ ਤੇ ਘੱਟ ਤੇਲ ਖਰਚ ਕਰਨ ਵਾਸਤੇ ਕੁਨਵੀਏ ਨੇ ਅਚਲ ਰਾਰੇ ਇਫ ਰੇਨਾਰੇ ਨਜੀ ਕਮੈਂਟੇ ਆਚਲ ਰਾਰੇ ਇਫ ਰੇਨਾਰੇ ਐਨਰਜੀ ਕਮੈਂਟ ਤੇ ਯਾਨੀ ਕਿ ਰੇਸ ਦਿਓ ਔਰ ਬ੍ਰੇਕ ਕਰੋ ਜ਼ੋਰ ਦੇ ਐਨਰਜੀ ਕਮੈਂਟ ਤੇ ਜ਼ੋਰ ਦੇ ਨਾਲ ਨੋ ਫਾਲਸੋ ਅਗਰ ਤੇਲ ਘੱਟ ਖਰਚ ਕਰਨਾ ਹੈ ਤਾਂ ਅਸੀਂ ਜਿਹੜੀਆਂ ਰੇਸਾਂ ਨਾ ਆਚਲ ਰਾਰੇ ਇਹ ਜ਼ੋਰ ਦੇ ਨਾਲ ਨਹੀਂ ਤੇਲ ਅਸੀਂ ਮੁਨਾਸਬ ਤਰੀਕੇ ਨਾਲ ਧਿਆਨ ਦੇਣਾ ਹੀ ਬ੍ਰੇਕਾਂ ਨੂੰ ਮਾਰਾਂਗੇ ਇਸ ਤਰ੍ਹਾਂ ਇਸ ਗੱਲ ਕਰਕੇ ਫਾਲਸੋ ਰਿਦੂਸੀਓਨੇ ਰਿਦੂਸੀਓਨੇ ਇਨ ਕੋਈ ਨਮੋਇੰਤੋ ਓਕੇ ਇਨਕੋ ਇਨਾਮੈਂਟੋ ਆਤਮੋਸਫੇਰੀਕੋ ਪਰਦੋਤੋ ਦਾ ਵੇਈ ਕਰੋ ਜਿਹੜੀ ਗੰਦਗੀ ਹੈ ਆਲੂਦਗੀ ਹੈ ਮਾਹੌਲ ਦੀ ਆਤਮੋਸਫੇਰੀਕੋ ਮਾਹੌਲ ਦੀ ਪਰਦੋਤੋ ਦਾ ਵੇਈ ਕਰੋ ਪੈਦਾ ਹੋਈ ਗੱਡੀ ਨੂੰ ਅੱਛਾ ਇਹ ਕਿਸ ਤਰ੍ਹਾਂ ਪੈਦਾ ਹੁੰਦੀ ਜਿਹੜੀ ਗੱਡੀਆਂ ਧੂੰਏ ਖਾਰਜ ਕਰਦੀਆਂ ਨੇ ਗੱਡੀਆਂ ਦੇ ਉੱਤੇ ਅਸੀਂ ਜ਼ਿਆਦਾ ਲੋਡ ਜ਼ਿਆਦਾ ਪ੍ਰੈਸ਼ਰ ਜ਼ਿਆਦਾ ਰੇਸਾਂ ਦਈਏ ਤਾਂ ਧੂੰ ਖਾਰਜ ਕਰਦੀਆਂ ਨੇ ਜੇ ਬੇਫਜ਼ੂਲ ਜਿਹੀਆਂ ਗੱਡੀਆਂ ਖਰਾਬ ਜਿਹੜੀਆਂ ਨੇ ਉਹ ਧੂੰ ਚੁੱਕੇ ਮਾਰ ਰਹੇ ਨੇ ਅਤੇ ਉਹ ਮੋਲ ਦੇ ਉੱਤੇ ਬੜਾ ਸਰਦਾਰ ਕਰਦੀਆਂ ਨੇ ਅਤੇ ਉਹਨਾਂ ਦੇ ਕੀ ਇਫੈਕਟ ਹੁੰਦੇ ਨੇ ਅਸਾਂ ਪੜ੍ਹੇ ਸਨ ਕਿ ਐਪੀਓਜੀ ਆਚੀ ਦੇ ਹੁੰਦੇ ਨੇ ਗਾਸ ਦੀ ਸੇਰਾ ਪੈਦਾ ਹੋ ਜਾਂਦੀ ਹੈ ਠੀਕ ਹੈ ਇਸੇ ਤਰ੍ਹਾਂ ਜਿਹੜਾ ਨਾ ਜਿਹੜੇ ਵੀ ਏ ਐਸਪੀਰਾਟੋਰੀ ਨੇ ਤੁਹਾਡੇ ਸਾਡੇ ਉਹਨਾਂ ਨੂੰ ਇਨਫੈਕਟ ਕਰਦੀਆਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਚੀਜ਼ਾਂ ਸਨ ਇਨ ਕੋਈ ਨਾ ਮੇਨ ਤੋਂ ਦਿਲ ਆ ਰਿਹਾ ਜਿਹੜੀ ਆਲੂਦਗੀ ਹੈ ਹਵਾ ਦੇ ਵਿੱਚ ਪਰਦੋ ਤੋਂ ਦਾਈ ਵੇਈ ਕੋਲੋ ਗੱਡੀ ਦੀ ਵਜ੍ਹਾ ਤੋਂ ਉਹ ਮਿੰਤਾ ਵੱਧਦੀ ਹੈ ਸੇਲ ਇਨੀਏ ਤੋਰੀ ਅਸਾਂ ਪੜ੍ਹੇ ਸਨ ਜਿਹੜੇ ਇੰਜੈਕਸ਼ਨ ਗੱਡੀ ਦੇ ਇੰਜਣ ਦੇ ਵਿੱਚ ਲੱਗੇ ਹੁੰਦੇ ਨੇ ਜਿਹੜੇ ਮੈਂ ਦੱਸੇ ਸਨ ਲੈਸਨ ਦੇ ਵਿੱਚ ਲੀਨੀਏ ਤੋਰੀ ਸੋਨੋ ਦੀ ਸ਼ਤੋਜ਼ੀ ਅਗਰ ਇਨੀਏ ਤੋਰੀ ਜਿਹੜੀਆਂ ਨੇ ਜਿਹੜੇ ਇੰਜੈਕਟ ਕਰਦੇ ਨੇ ਗੱਡੀ ਨੂੰ ਤੇਲ ਵਾਲਾ ਉਹ ਅਗਰ ਖਰਾਬ ਹੋਏ ਹੋਣੀ ਦੀ ਸ਼ਤੋਜ਼ ਉਹਨਾਂ 'ਚ ਡਿਫੈਕਟ ਹੋਇਆ ਹੋਵੇ ਤਾਂ ਫਿਰ ਕੀ ਹੈ ਫਿਰ ਇਹ ਖਰਾਬ ਹੋ ਜਾਣ ਦੇ ਬਿਲਕੁਲ ਫਿਰ ਮੋਲ ਦੇ ਵਿੱਚ ਆਲੂਦਗੀ ਪੈਦਾ ਕਰਨ ਦੇ ਉਹਨਾਂ ਮਜੋਰ ਇਮਿਸੀਓਨ ਦੀ ਫੂਮ ਹੈ ਦਲੋਸਕਾਰੀਕੋ ਅਗਰ ਇੱਕ ਜ਼ਿਆਦਾ ਖਾਰਜ ਹੁੰਦਾ ਹੈ ਫੂਮ ਤੇਲ ਦਲੋਸਕਾਰੀਕੋ ਸਕਾਰੀਕੋ ਤੋਂ ਸਿੰਤੋਮੀ ਦੀ ਮਜੋਰ ਇਨ ਕੋਈ ਨਾ ਮੇਨ ਤੋਂ ਕਲਜੋ ਤੋਂ ਦਲ ਮੋਤੋਰੇ ਸਿੰਤੋਮੀ ਦੀ ਮਜੋਰ ਇਨ ਕੋਈ ਨਾ ਮੇਨ ਤੋਂ ਯਾਨੀ ਕਿ ਸਿੰਤੋਮੀ ਯਾਨੀ ਕਿ ਜਿਹੜੀ ਸਾਨੂੰ ਸਿੰਤੋਮੀ ਯਾਨੀ ਕਿ ਮਹਿਸੂਸ ਕਰਨੇ ਅਸੀਂ ਸਮਝਦੇ ਹਾਂ ਕੀ ਕਰਨੇ ਹਾਂ ਦੀ ਮਜੋਰ ਜ਼ਿਆਦਾ ਇਨ ਕੋਈ ਨਾ ਮੇਨ ਤੋਂ ਆਲੂਦਗੀ ਕਬਜ਼ੋ ਤੋਂ ਦਲ ਮੋਤੋਰੇ ਗੱਡੀ ਦੇ ਇੰਜਣ ਦੀ ਵਜ੍ਹਾ ਤੋਂ ਬਿਲਕੁਲ ਵੇਰੋ ਅਗਰ ਗੱਡੀ ਦਾ ਸਲੰਸਰ ਰਾਤ ਧੂੰ ਚੋਖਾ ਨਿਕਲੇ ਤਾਂ ਕੀ ਵਜ੍ਹਾ ਹੈ ਗੱਡੀ ਦਾ ਇੰਜਣ ਕੋਈ ਖਰਾਬ ਉਹਦੇ 'ਚ ਕੋਈ ਮਸਲਾ ਬਣੇ ਉਹ ਜ਼ਿਆਦਾ ਖਰਚ ਕਰ ਰਿਹਾ ਇਨ ਕੋ ਨਾ ਮੇਨ ਤੋਂ ਦਲ ਆ ਰਿਹਾ ਪਰ ਦੋ ਤੋਂ ਡਾਈ ਵੇਹੀਕੋਲੀ ਇਹ ਮਜੋਰ ਸੇਲ ਫੂਮੋ ਜਿਸ ਕਾਰੀਕੋ ਪ੍ਰਜੈਂਟਾ ਕੋਲੋਰ ਸਕੂਰੋ ਇਨ ਕੋਈ ਨਾ ਮੇਨ ਤੋਂ ਦਲ ਆ ਰਿਹਾ ਜਿਹੜੀ ਹਵਾ ਦੀ ਆਲੂਦਗੀ ਹੈ ਪਰ ਦੋਤੋ ਦਲ ਵੇਈ ਕੋਲੋ ਗੱਡੀ ਤੋਂ ਉਹੀ ਜ਼ੋਰ ਜ਼ਿਆਦਾ ਸੇਲ ਫੂਮੋ ਜਿਹੜਾ ਤੂੰ ਹੈ ਜਿਸ ਕਾਰੀਕੋ ਉਸ ਕਾਰੀਕੋ ਪ੍ਰਜੈਂਟਾ ਕੋਲੋਰ ਸਕੂਰੋ ਜਿਹੜਾ ਤੂੰ ਅੱਛਾ ਜਿਹੜੀ ਹਵਾ ਖਾਰਜ ਹੋਈ ਹੁੰਦੀ ਗੱਡੀ ਤੋਂ ਵਿੱਚੋਂ ਆਲੂਦਗੀ ਵਾਲੀ ਉਹ ਕੌਜ਼ਾਰੇ ਨੁਕਸਾਨ ਕਰ ਸਕਦੀ ਹੈ ਕੌਜ਼ਾਰੇ ਦਾ ਨਹੀਂ ਨੁਕਸਾਨ ਕਰ ਸਕਦੀ ਆਲੇ ਵੀ ਰਿਸਪੀਰਾਟੋਰੇ
ਤੇ ਸਾਹ ਲੈਣ ਵਾਲੀਆਂ ਸਾਡੀਆਂ ਨਾਲੀਆਂ ਨੇ, ਠੀਕ ਹੈ, ਇਹ ਇਰੀਟੇਸ਼ਨ ਦੇ ਲਈ ਔਖੀ ਔਰ ਤੁਹਾਡੀ ਅੱਖਾਂ ਨੂੰ ਇਰੀਟੇਸ਼ਨ ਕਰ ਸਕਦੀਆਂ ਨੇ, ਯਾਨੀ ਕਿ ਅੱਖਾਂ ਨੂੰ ਸੂਜਨ ਕਰ ਸਕਦੀਆਂ ਨੇ, ਖਾਰਿਸ਼ ਹੋ ਸਕਦੀ ਹੈ, ਨੁਕਸਾਨ ਹੋ ਸਕਦਾ, ਬਿਲਕੁਲ ਵੇਰ ਤੂੰ ਅੱਖਾਂ 'ਚ ਪਵੇ ਤੇ ਉਹ ਕੁਝ ਨਹੀਂ ਹੁੰਦਾ। ਲੋ ਇਨ ਕੋਈ ਨਵੇਂ ਤੋਂ ਆ ਰਿਹਾ ਪਰਦੋ ਤੋਂ ਦਈ ਵਹੀਕਲ ਵੀ ਫਾ ਉਹ ਮੈਂਤਾਰੇ ਲੋ ਸਮੋਗ, ਯਾਨੀ ਕਿ ਉਹ ਜਿਹੜੀ ਸਮੋਗ ਨਹੀਂ ਹੁੰਦੀ ਉਹਨੂੰ ਵਧਾ ਦਿੰਦੇ ਨੇ ਗੱਡੀ ਦੀ। ਇਨ ਕੋਈ ਨਾ ਮਿਹਨਤ, ਯਾਨੀ ਕਿ ਭੈੜੀਆਂ ਹਵਾਵਾਂ ਜਿਹੜੀਆਂ ਗੱਡੀ ਦੀਆਂ ਨੇ, ਧੂੰਆਂ ਵਗੈਰਾ, ਜੇ ਪਿਓਜੇ ਆਚੀ ਦੇ ਤੇਜ਼ਾਬੀ ਬਾਰਿਸ਼ਾਂ, ਇਹਦੇ ਅਫੇਤੋ ਦੇ ਸੇਰਾ ਔਰ ਇਫੈਕਟ ਜਿਹੜੇ ਨੇ ਸੇਰੇ ਤੇ, ਯਾਨੀ ਕਿ ਪਿਛਲੇ ਪੈਰ ਵਾਲੇ, ਬਿਲਕੁਲ ਵੀਰੇ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਲੇਕਿਨ ਕੋ ਨਮੇ ਤੋਂ ਦਲਾ ਰਿਹਾ ਪਰਦਾ ਤੋਂ ਦਾ ਵਹੀਕਲੀ ਦਬੂ ਤੋਂ ਪਹਿਲੇ ਮਜੋਰ ਪਾਰਟ ਦੀ ਗੈਸ ਜਿਸਕਾਰੀ ਕੋ ਜਨਰਾਤੀ ਦਲਾ ਕੁੰਬਸਤੀਓ ਨੇ ਅਲ ਇੰਟਰਨ ਦਲ ਮੋਟੋਰ ਹੈ, ਕੁੰਬ ਦਲਾ ਕੁੰਬਸਤੀਓ ਨੇ ਅਲ ਇੰਟਰਨ ਦਲ ਮੋਟੋਰ ਹੈ, ਬਿਲਕੁਲ ਵੇਰਾ। ਲੋ ਇਨ ਕੋ ਨਮੇ ਤੋਂ ਦਲ ਆ ਰਿਹਾ ਪਰਦੋ ਤੋਂ ਦੇ ਵਹੀਕਲੀ ਦਬੂ ਤੋਂ ਪਹਿਲਾ ਮਜੋਰ ਪਾਰਟ ਦੀ ਪਾਰਟ ਹੈ ਗੈਸ ਜਿਸਕਾਰੀ ਕੋ ਜਨਰਾਤੀ ਕੰਬੋਸਟਿਓਨ ਅਲ ਇੰਟਰਨਲ ਮੋਟਰ ਆਨੇ ਕੇ, ਜਿਹੜੀਆਂ ਜ਼ਿਆਦਾਤਰ ਹਵਾਵਾਂ ਜਿਹੜੀਆਂ ਨਿਕਲਦੀਆਂ ਨੇ ਗੱਡੀ ਦੇ ਵਿੱਚੋਂ, ਜ਼ਿਆਦਾਤਰ ਕਿੱਧਰ ਹੁੰਦੀਆਂ ਨੇ ਜਨਰਾਤੀ, ਉਹ ਜਿਹੜਾ ਗੱਡੀ ਦੇ ਵਿੱਚ ਅੰਦਰ ਇੰਜਨ ਦੇ ਵਿੱਚ ਜਿਹੜੇ ਧਮਾਕੇ ਹੁੰਦੇ ਨੇ ਉਹਨਾਂ ਦੀ ਵਜ੍ਹਾ ਤੋਂ ਪੈਦਾ ਹੁੰਦੀਆਂ ਨੇ, ਬਿਲਕੁਲ ਵੇਰੋ, ਜ਼ਿਆਦਾਤਰ ਉਹਨਾਂ ਦੀ ਵਜ੍ਹਾ ਤੋਂ ਪੈਦਾ ਹੁੰਦੀਆਂ ਨੇ। ਇਨ ਕੋਈ ਨਾ ਮੈਂ ਤੋਂ ਐਟਮੋਸਫੇਰਿਕ ਪਰਦੋ ਤੋਂ ਦਾ ਵਹੀਕਲ ਡਿਪੈਂਡ ਦੇ ਪ੍ਰਿੰਸੀਪਲ ਮੈਂ ਤੇ ਦਲ ਉਮੀਦੀਤਾ ਪ੍ਰੈਜ਼ੈਂਟ ਨਾਲ ਆ ਰਿਹਾ, ਨੋ ਫਾਲਸੋ ਪ੍ਰਿੰਸੀਪਲ ਮੈਂ ਤੇ ਜਿਹੜਾ ਉਮੀਦੀਤਾ ਪ੍ਰੈਜ਼ੈਂਟ ਨਾਲ ਆ ਰਿਹਾ ਉਹਦੇ ਤੇ ਡਿਪੈਂਡ ਨਹੀਂ ਕਰਦਾ, ਜਿਤਨੀ ਹਵਾ ਨਿਕਲ ਰਹੀ ਹੈ ਸਾਰੇ ਦੇ ਉੱਤੇ ਡਿਪੈਂਡ ਕਰਦਾ। ਓਕੇ, ਮੈਂ ਕੋਈ ਸਿਰਫ ਸਿੰਪਲ ਕੁਝ ਕਰਾਂਗਾ, ਜ਼ਿਆਦਾ ਨਹੀਂ ਕਰਾਂਗਾ, ਹੁਣ ਆਖਰ ਤੇ ਅਸੀਂ ਤੇ ਜਿਹੜੇ ਬੰਦੇ ਨੇ ਇੱਛਾ ਕਿ ਕੋਈ ਸਾਰੇ ਮੈਂ ਉਹਨਾਂ ਨੂੰ ਕਰਕੇ ਦੇਣੇ ਤੇ ਫਿਰ ਕੋਈ ਫਾਇਦਾ ਨਹੀਂ, ਪਿੱਛੇ ਪੜੇ ਦਾ ਕੋਈ ਫਾਇਦਾ, ਇੱਛਾ ਕਿ ਤੋਂ ਨਹੀਂ ਕੋਈ ਵੀ ਆਦਤ ਵੀ ਰਹਿੰਦੀ ਹੈ। ਓਕੇ, ਸੰਜੀਓ ਨੇ ਫਿਰ ਕੀ ਗਵਿਧਾ ਉਨ ਵਹੀ ਕੋਲੋ ਇਨ ਕੋਈ ਨਾਮ ਤੇ, ਨੁਕਸਾਨ ਕੀ ਹੋ ਸਕਦਾ ਤੁਹਾਡਾ ਅਗਰ ਅਸੀਂ ਗੱਡੀ ਦੀ ਚਲਾਉਂਦੇ ਹਾਂ ਜਿਹੜੀ ਤੂੰ ਕੱਢ ਰਹੀ ਹੈ। ਗੁਈਦਾਂ ਦੋ ਉਹਨੂੰ ਗਈ ਕੋਲੋ ਚਲਾਉਂਦੇ ਹੋਇਆ ਇੱਕ ਗੱਡੀ ਉੱਤੇ ਤਰੋਕੋ ਗਾਸ ਦੀ ਸਕਾਰੀ ਕੋ ਜਿਹੜੀ ਖਾਰਜ ਕਰਦੀ ਹੈ ਬਹੁਤ ਜ਼ਿਆਦਾ ਗੈ, ਇਨ ਕੋਈ ਨਾਮ ਤੀ ਸਿਪੂ ਐਸਰੇ ਪੁੰਨੀ ਤੋਂ ਨੁਕਸਾਨ ਦੇ ਹੋ ਸਕਦੀ ਹੈ, ਸਿਪੂ ਐਸਰੇ ਪੁੰਨੀ ਤੋਂ ਯਾਨੀ ਕਿ ਸਕਦੀ ਹੈ ਪੁੰਨੀ ਤੋਂ ਕੋਨੂੰ ਨਾ ਸੰਜੀਓ ਨੇ ਮਿਸਰਾਤੀਵਾ ਇੱਕ ਜੁਰਮਾਨੇ ਦੇ ਨਾਲ ਇਹ ਔਰ ਇਲੋ ਰਤੀਲੋ ਰਤੀਰੋ ਦਲਾ ਕਰਤਾ ਚਿਰਕਲਾਸੀ ਨੇ ਔਰ ਤੁਹਾਡੀ ਗੱਡੀ ਦੀ ਕਾਪੀ ਜਿਹੜੀ ਹੈ ਉਹ ਵਾਪਸ ਲਾ ਲੈਣ ਦੇ, ਬਿਲਕੁਲ ਮੇਰੋ, ਕਿਉਂਕਿ ਅਗਰ ਅਸੀਂ ਗੱਡੀ ਚਲਾਉਂਦੇ ਹੋਈ ਜਿਹੜਾ ਬਹੁਤ ਜ਼ਿਆਦਾ ਧੂੰ ਮਾਰਦੀ ਹੋਵੇ ਤਾਂ ਸਾਨੂੰ ਇੱਕ ਜੁਰਮਾਨਾ ਵੀ ਹੋ ਸਕਦਾ ਹੈ, ਉਹ ਐਸਰ ਪੁੰਨੀ ਤੋਂ ਸਾਨੂੰ ਸਜ਼ਾ ਹੋ ਸਕਦੀ, ਕੀ ਹੋ ਸਕਦੀ ਹੈ ਉਹਨੂੰ ਨਾ ਸਮਝੀ ਮਿਸਰਾਤੀਵਾ ਇੱਕ ਜੁਰਮਾਨਾ ਜਿਹੜਾ ਪੇ ਕਰਨ ਵਾਲਾ ਔਰ ਦੂਜਾ ਕਿ ਕਰਤਾ ਦੇ ਚਿਰਕਲਾਸੀਓ ਨੇ ਰਤੀਰੋ ਯਾਨੀ ਕਿ ਤੁਹਾਡੀ ਕਾਰ ਦੀ ਗੱਡੀ ਦੀ ਬੁੱਕ ਜਿਹੜੀ ਉਹ ਵਾਪਸ ਲੀ ਲੈ ਲੈਣ ਦੇ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਸਨ ਜਿਹੜੀਆਂ ਤੁਹਾਡੀਆਂ ਉਹ ਖਰਚ ਕਰ ਸਕਦੇ ਨੇ, ਮਤਲਬ ਕਿ ਤੁਸੀਂ ਗੱਡੀ ਕੋਈ ਵੀ ਉਸ ਤਰ੍ਹਾਂ ਦੀ ਨਾ ਚਲਾਓ ਜਿਹਦੇ ਮਤਲਬ ਤੁਹਾਨੂੰ ਇਹ ਮਸਲਾ ਸਬਬ ਬਣੇ ਕਿ ਤੁਸੀਂ ਆਪਣਾ ਗੱਡੀ ਵਾਪਸ ਜਿਹੜੀ ਹੈ ਨਾ ਉਹ ਲੀ ਲੈ ਲੈਣ ਤੁਹਾਡੇ ਕੋਲ, ਕਰਤਾ ਸਿਰਕੁਲਾਸੀਓ ਵਾਪਸ ਲੈਣ ਦਾ ਇੰਨਾ ਨਹੀਂ ਹੁੰਦਾ ਕਿ ਤੁਹਾਡੀ ਗੱਡੀ ਵਾਪਸ ਲੈ ਰਹੇ ਹਾਂ। ਮੋਦੀਫਿਕੇ ਆ ਮੋਟਰ ਇਹ ਮਰਮੀਤਾ, ਚੇਂਜਿੰਗ ਕਰਨੇ ਆ ਅਸੀਂ ਆ ਮੋਟਰ ਇੰਜਨ ਵਿੱਚ, ਇਹ ਮਰਮੀਤਾ ਜਾਂ ਜਿਹੜਾ ਸਲੰਸਰ ਹੈ ਉਹਦੇ ਵਿੱਚ, ਯਾਨੀ ਕਿ ਅਸੀਂ ਅਗਰ ਚੇਂਜਿੰਗ ਕਰਨੇ ਇੰਜਨ ਵਿੱਚ, ਕਿਵੇਂ ਚੇਂਜਿੰਗ ਕਰਨੀ ਹੁੰਦੀ ਹੈ ਕਿ ਕੁਝ ਬੰਦੇ ਹੁੰਦੇ ਨੇ ਉਹ ਗੱਡੀ ਦਾ ਇੰਜਨ ਪਿੱਛੋਂ ਕੰਪਨੀ ਨੇ ਤਾਂ ਕੁਝ ਲਾਏ ਆ ਲੇਕਿਨ ਅੱਗੇ ਆ ਕੇ ਉਹਦੀ ਪਾਵਰ ਸ਼ਾਵਰ ਵਧਾ ਵਧੂ ਲੈਂਦੇ ਚੰਗੀ ਸਪੀਡ ਮਾਰਨ ਵਾਸਤੇ, ਇਸੇ ਤਰ੍ਹਾਂ ਸਲੰਸਰ ਦੀਆਂ ਵਿੱਚੋਂ ਬਾਂਸਰੀਆਂ ਬੁਂਸਰੀਆਂ ਕੱਢ ਲੈਂਦੇ ਨੇ ਤਾਂ ਕਿ ਇਹ ਸ਼ੋਰ ਸ਼ਰਾਬਾ ਚੰਗਾ ਹੋਵੇ, ਜਿਵੇਂ ਪਤਾ ਸਾਡੇ ਉੱਥੇ ਕਰਦੇ ਨੇ ਇੱਦਾਂ ਦੇ ਮਿਲਿਆ ਤੇ ਬੜਾ ਆਪਣਾ ਲਾਈਆ, ਅਗਰ ਅਸੀਂ ਇੰਜ ਦਾ ਕੰਮ ਇੱਥੇ ਕਰਾਂਗੇ ਤਾਂ ਫਿਰ ਕੀ ਹੋਵੇਗਾ, ਸਾਨੂੰ ਸਜ਼ਾ ਹੋ ਸਕਦੀ, ਜੁਰਮਾਨਾ ਵਗੈਰਾ ਕਰ ਸਕਦੇ ਨੇ। ਅੱਛਾ, ਗੁਈ ਦਾ ਨੂੰ ਵਹੀ ਕੋਲੋਂ ਚਲਾਉਂਦੇ ਹੋ ਜਾਂ ਕਿ ਗੱਡੀ ਦੀ ਗੱਡੀ ਆ ਕੋਈ ਸਾਨੂੰ ਸਤਾਤੀ ਮੋਦੀਫਿਕਾ ਤੀਲ ਮੋਟਰ ਹੈ ਜਿਹਦਾ ਉਹਦਾ ਚੇਂਜ ਹੋ ਗਈ ਹੈ ਇੰਜਨ, ਇਹ ਲਾ ਮਾਰਮੀਤਾ ਔਰ ਉਸਦਾ ਜਿਹੜਾ ਸਲੰਸਰ ਹੈ ਸੀਪੂ ਇਨ ਕੋਰੇਰ, ਇਹ ਮਾਰਮੀਤਾ ਜਿਹੜਾ ਹੁੰਦਾ ਨਾ ਇੱਕ ਫਿਲਟਰ ਲੱਗੇ ਜਾਂਦਾ ਸਲੰਸਰ ਦੇ ਵਿੱਚ, ਠੀਕ ਹੈ, ਇਹਦਾ ਕੰਮ ਹੁੰਦਾ ਆਵਾਜ਼ ਨੂੰ ਕੰਟਰੋਲ ਕਰਨਾ, ਅੱਗੋਂ ਸਾਫ਼ ਕਰਨਾ ਉਸਨੂੰ ਧੂੰ ਨੂੰ। ਸੀਫੂ ਇਨ ਕੋਰੇਰੇ ਇਨ ਪੇਜ਼ਾਂਤੀ ਸਮਝੀ ਨਹੀਂ ਮਿਸਰਾਤੀ, ਤੁਹਾਨੂੰ ਬੜੇ ਭਾਰੀ ਜੁਰਮਾਨੇ ਹੋ ਸਕਦੇ ਨੇ, ਬਿਲਕੁਲ ਫੇਰੋ, ਅਗਰ ਅਸੀਂ ਚੇਂਜ ਕਰਾਂਗੇ ਤੁਹਾਨੂੰ ਹੋ ਜਾਏਗਾ। ਇਹ ਕੌਨਸੈਂਟੀ ਤੋਂ ਮੋਡੀਫਿਕਾਰ ਲਿਬਰਾਮੈਨ ਤੇ ਇਲ ਮੋਟਰ ਨੋ ਫਾਲਸੋ, ਇੱਥੇ ਹੀ ਫਾਲਸੋ ਨਹੀਂ ਹੈ, ਇਹ ਆਂਦਾ ਇੱਥੇ ਇਹ ਕੌਨਸੈਂਟੀ ਤੋਂ ਜ਼ਿਆਦਾ ਤੇ ਮੋਡੀਫਿਕਾਰ ਚੇਂਜ ਕਰਨ ਦੀ ਲਿਬਰਾਮੈਨ ਤੇ ਮੋਟਰ ਆਜ਼ਾਦੀ ਨਾਲ ਮੋਟਰ ਨੋ ਫਾਲਸੋ, ਅਸੀਂ ਨਹੀਂ ਆਜ਼ਾਦ ਚੇਂਜ ਕਰ ਸਕਦੇ।
ओके इनको इनमें तो आकुष्टिको प्रवाद प्रोवोका